How about you, Ashley? गुड मॉर्निंग, वेलकम है जी थोड़ा साडे डू ब्रो चैनल दे विच। गुड मॉर्निंग, आपो गुड मॉर्निंग। असी सवेरे सवेरे सवेर दे बजदे आ मतलब 7 है ना, ते असी तिन्ने जने निकले आ, उनू स्कूल ड्रॉप करांगे ते मैं जाना आबू धाबी है ना। ते लाइफ एक भज गया, ये भुल गया दवाई ते मेडिसिन कुछ इन्हू चाहिए होनी है ਤੇ ਉਹ ਲੈਣ ਗਿਆ ਵਾ। ਮਿਲ ਗਏ, ਚਲੀਏ ਫਿਰ। ਚਲੋ ਜੀ, ਮੈਡੀਸਨ ਲੈ ਲਈ ਜੋ ਭੁੱਲ ਗਏ ਸੀ ਘਰੇ, ਦੁਬਾਰਾ ਵਾਪਸ ਆਏ ਹਾਂ ਅਤੇ ਥੋੜ੍ਹੇ ਬਿਜ਼ੀ ਸੀਗੇ, ਕੁਛ ਮੈਨੂੰ ਕੰਮ ਸੀਗਾ ਆਫਿਸ ਦਾ ਔਰ ਇਹ ਵੀ ਬਿਜ਼ੀ ਸੀਗਾ, ਤਾਂ ਕਰਕੇ ਹੁਣ ਆਪਾਂ ਚੱਲੀਏ ਬੱਚੂ ਨੂੰ ਸਕੂਲ ਛੱਡਣ। ਕਿਉਂ ਆਫੂ? ਗੁੱਡ, ਥੋੜ੍ਹਾ ਹਨੇਰਾ ਲੱਗਦਾ ਹੋਊ, ਬਾਹਰ ਜਾ ਕੇ ਚਾਨਣਾ ਹੋ ਜਾਣਾ ਦੇਖ ਲਿਓ। ਆ ਬਸ ਆ ਗਏ ਬਾਹਰ ਆਪਾਂ ਆਊਟ ਸਾਈਡ 'ਤੇ। Yes, ਕਿਉਂ ਮੰਨਦੇ ਹੋ? ਇੱਥੇ ਜਾਣਾ ਆਪਾਂ, ਆਪ ਨੂੰ ਸਕੂਲ ਡ੍ਰੌਪ ਕਰਨ ਤੋਂ ਬਾਅਦ ਆਪਣੀਆਂ ਫਿਰ ਗੱਡੀ ਦੇ ਚਾਲੇ ਹੈਗਾ ਸਿੱਧੇ ਆਬੂ ਧਾਬੀ ਨੂੰ, ਦੁਬਈ ਟੂ ਆਬੂ ਧਾਬੀ। ਥੋੜ੍ਹਾ ਇੱਥੇ ਮੇਰੇ ਆਫਿਸ ਦੇ ਵਿੱਚ ਲੈਪਟੋਪ ਵਗੈਰਾ ਉਹ ਹੈਂਡ ਓਵਰ ਕਰਨਾ ਉਹਨਾਂ ਨੂੰ, ਸਹੀ ਆ, ਅਤੇ ਆਬੂ ਧਾਬੀ ਵਾਲਿਆਂ ਨੂੰ ਫਿਰ ਉਹਨੂੰ ਹੈਂਡ ਓਵਰ ਕਰਕੇ ਵਾਪਸ ਅਸੀਂ ਘਰ ਆਉਣਾ। ਠੀਕ ਹੈ, ਅੱਜ ਪੂਰਾ ਦਿਨ ਤੁਸੀਂ ਸਾਡੇ ਨਾਲ। ਬਾਬਾ ਸਲੀਮ ਤਾਂ ਛੱਡਣ ਜਾਂਦਾ ਹੀ ਰਹਿੰਦਾ ਆਪ ਉਹਨੂੰ ਡੇਲੀ, ਇਹਨੇ ਮਤਲਬ ਉਹਨੂੰ ਛੱਡ ਕੇ ਆਉਣਾ ਹੁੰਦਾ ਸਕੂਲ ਦੇ ਵਿੱਚ, ਹਾਂ ਡੇਲੀ। ਲੇਕਿਨ ਅੱਜ ਮੈਂ ਇਹਨਾਂ ਨੂੰ ਜੁਆਇਨ ਕੀਤਾ ਵੀ ਬੰਦਾ ਆਪਾਂ ਨੂੰ ਲੈ ਕੇ ਜਾਊਗਾ ਆਬੂ ਧਾਬੀ, ਥੋੜ੍ਹਾ ਬਹੁਤ ਇੰਜੋਏ ਕਰਾਂਗੇ ਆਪਣੀ ਲਾਈਫ ਨੂੰ, ਹੈ ਨਾ, ਆਉਣ ਦਾ ਵੇ ਗੱਲਾਂ ਬਾਤਾਂ, ਖਾਣ ਪੀਣ, ਅਤੇ ਜੋ ਆਫਿਸ ਦਾ ਕੰਮ ਆਫਿਸ ਦਾ ਕੰਮ ਫਿਨਿਸ਼ ਕਰਾਂਗੇ, ਹੈ ਨਾ। ਲੇਕਿਨ ਹੁਣ ਸਭ ਤੋਂ ਵੱਡਾ ਜਿਹੜਾ ਟਾਰਗੇਟ ਆ ਸਵੇਰ ਦਾ, ਇਟੀ ਟ੍ਰਾਫਿਕ ਸ਼ਾਰਜਾ ਟ੍ਰਾਫਿਕ, ਉਹ ਤੌਬਾ ਅੱਲਾ, ਉਹਨੂੰ ਕ੍ਰੋਸ ਕਰਨਾ ਕਿ ਜੰਗ ਜਿੱਤਣ ਦੇ ਬਰਾਬਰ ਆ ਐਵਰੀ ਬੰਦੇ ਲਈ ਜਿਹੜਾ ਦੁਬਈ ਦੇ ਵਿੱਚ ਸ਼ਾਰਜਾ ਦੇ ਵਿੱਚ। ਚਲੋ ਮਿਲਾਉਂਦੇ ਹਾਂ ਫਿਰ ਤੁਹਾਨੂੰ ਟ੍ਰਾਫਿਕ, ਉਹ ਲੱਗੀ ਲਾਈਨ ਇੱਥੋਂ ਲੈ ਕੇ ਉੱਥੇ ਤੱਕ, ਅੰਦਰ ਜਾਣਾ ਆਪਾਂ। ਹਾਲੇ ਇਹ ਤਾਂ ਛੋਟੀ ਜਿਹੀ ਲਾਈਨ ਆ, ਅਸੀਂ ਸਕੂਲ ਨੂੰ ਜਾ ਰਹੇ ਹਾਂ, ਜਦੋਂ ਆਪ ਨੂੰ ਛੱਡ ਕੇ ਸਕੂਲ ਨੂੰ ਵਾਪਸ ਜਾਣਾ ਆਬੂ ਧਾਬੀ ਨੂੰ, ਅਸਲੀ ਟ੍ਰੈਫਿਕ ਦਾ ਮਜ਼ਾ ਤਾਂ ਉਦੋਂ ਆਉਣਾ। ਹੁਣ ਤਾਂ ਇਹ ਕੁਛ ਨਹੀਂ, ਇਹ ਤਾਂ ਅਸੀਂ ਹੁਣੀ ਇਹ ਤਾਂ ਕਰ ਲਾਂਗੇ ਅਸੀਂ ਹੈਂਡਲ ਇੱਦਾਂ ਕਹਾਣੀ, ਅਤੇ ਇੱਟੀ ਟ੍ਰੈਫਿਕ ਬਸ। ਲਓ ਵੀ ਮਿੱਤਰੋ, ਆਪਾਂ ਆਪ ਨੂੰ ਕਰਤਾ ਡਰੋਪ ਅਤੇ ਹੁਣ ਆਪਾਂ ਚੱਲੇ ਹਾਂ ਆਬੂ ਧਾਬੀ। ਆਬੂ ਧਾਬੀ ਇੱਥੋਂ ਹੈਗਾ ਸਾਨੂੰ ਲੱਗ ਗਏ ਨੇ 2 ਘੰਟੇ ਆਰਾਮ ਨਾਲ, ਅਤੇ ਜਿਹੜੇ ਮਤਲਬ ਕਦੇ ਕਦੇ ਜਾਂਦੇ ਆ ਉਹਨਾਂ ਲਈ 2-2 ਘੰਟੇ ਵੱਡੇ ਹੋਣੀ ਚੀਜ਼, ਮੈਂ ਤਾਂ ਡੇਲੀ ਆਉਂਦਾ ਜਾਂਦਾ ਰਿਹਾ ਕਾਫੀ ਲੰਬਾ ਟਾਈਮ, ਅਤੇ ਹੁਣ ਫਿਰ ਮਿਲਦਾ ਸਾਨੂੰ ਆਬੂ ਧਾਬੀ ਦੀਆਂ ਰੋਡਾਂ ਦੇ ਉੱਤੇ, ਹੈ ਨਾ। ਚਲੋ ਜੀ ਬਾਬਾਸ, ਕਰੰਟ ਟ੍ਰੈਫਿਕ ਦੇ ਹਾਲ ਬੁਰੇ ਹਾਲ ਨੇ, ਬਸ ਟ੍ਰੈਫਿਕ ਝੀ ਝੀ ਕਿੱਚ ਕਰਦੇ ਕਰਦੇ ਹੁਣ ਇੱਥੇ ਤੱਕ, ਆਪਦੇ ਘਰਾਂ ਕੋਲ ਹੀ ਹਾਲੇ, ਇੱਥੋਂ ਘਰ ਆਪਣਾ 10 ਕਿਲੋਮੀਟਰ ਦੀ ਦੂਰੀ ਦੇ, ਅਤੇ ਹੁਣ ਚੱਲਿਆ ਆਬੂ ਤਾਂ, ਹੁਣ ਆਬੂ ਧਾਬੀ ਰੋਡ ਮਿਲ ਗਿਆ ਉੱਧਰ ਚੱਲਿਆ, ਹੁਣ ਥੋੜ੍ਹਾ ਰੁੜਿਆ ਟ੍ਰੈਫਿਕ, ਹੁਣ ਗੱਡੀ ਨੇ ਸਪੀਡ ਫੜਨੀ ਹੈ, ਹੁਣ ਅਸੀਂ ਵੀ ਸਪੀਡ ਫੜਨੀ ਹੈ, ਆਬੂ ਧਾਬੀ ਜਾ ਕੇ ਤੁਹਾਨੂੰ ਮਿਲਦਾ 110 ਤੇ 120 ਤੇ 10 ਤੇ 20 ਤੇ 10 ਤੇ 20 ਤੇ। Thank you.
ਪੂਰਾ ਪਵਾ ਰਿਹਾ ਜਿਵੇਂ ਇਹਨੂੰ ਨੀਡ ਹੁੰਦੀ ਆ ਹਨਾ ਕਿਉਂਕਿ ਇਹ ਪੈਟਰੋਲ ਮੰਗਦੇ ਹੀ ਆ ਅਤੇ ਪੈਟਰੋਲ ਤੇ ਹੀ ਚੱਲਦੇ ਆ ਇਹਦਾ ਢਿੱਡ ਭਰ ਲਿਆ ਲੇਕਿਨ ਆਪਣੇ ਢਿੱਡ ਭੁੱਖਿਆ ਹਲੇ ਪਹਿਲਾਂ ਆਪਾਂ ਨਿਬੇੜਨੇ ਆ ਕੰਮ ਆਫਿਸ ਜਾ ਕੇ ਉਸ ਤੋਂ ਬਾਅਦ ਫਿਰ ਆਪਾਂ ਕੋਈ ਨਾਸ਼ਤਾ ਪਾਣੀ ਕਰਨਾ ਠੀਕ ਹੈ ਹਾਂ ਐਨਕਾਂ ਅਸੀਂ ਚੇਂਜ ਕਰ ਲਈਆਂ ਮੈਨੂੰ ਉਹਨੂੰ ਉਹ ਚਾਹੀਦੀਆਂ ਸੀ ਅਤੇ ਹੋਰ ਕੁਛ ਕੁਛ ਨਹੀਂ ਇਹਦੇ ਕੋਲ ਇੰਨਾ ਕਿ ਬਸ ਹੁਣ ਮਿਲਦੇ ਆਪਾਂ ਸਿੱਧਾ ਤੁਹਾਨੂੰ ਆਬੂ ਧਾਬੀ ਬਾਹਰਲਾ ਮਾਹੌਲ ਦਿਖਾ ਦਿੰਦਾ ਡੇਲੀ ਇੰਨੀ ਟਰੈਵਲਿੰਗ ਕਰਕੇ ਆਉਂਦਾ ਰਿਹਾ ਮੈਂ ਆਬੂ ਦੁਬਈ ਤੋਂ ਆਬੂ ਧਾਬੀ ਇਹ 158 ਕਿਲੋਮੀਟਰ ਬਣ ਗਿਆ ਹੁਣ ਇਹ ਯਾਸ ਲੈਂਡ ਆ ਗਿਆ ਇਹ ਆਬੂ ਧਾਬੀ ਦਾ ਅਤੇ 3-4 ਕਿਲੋਮੀਟਰ 'ਤੇ ਮੇਰਾ ਅਲ ਅਲੀ ਆਈਲੈਂਡ ਦਾ ਪੋਰਟ ਆ ਉਹ ਪੋਰਟ ਦੇ ਉੱਤੇ ਜਾਣਾ ਗੱਡੀ ਪਾਰ ਕਰਨੀ ਉੱਥੋਂ ਬੋਟ 'ਤੇ ਬੈਠ ਕੇ ਫਿਰ 15 ਮਿੰਟ ਅੰਦਰ ਨੂੰ ਸਮੁੰਦਰ ਦੇ ਸੀ ਦੇ ਹੈ ਮੈਂ ਦਿਖਾਉਣਾ ਤੁਹਾਨੂੰ ਮਾਹੌਲ ਆਹ ਸਮੁੰਦਰ ਸੀ ਇਹਦੇ ਅੰਦਰ ਆ ਰੋਡ ਤੋਂ ਪਰਲੇ ਪਾਸੇ ਅਤੇ ਅੱਗੇ ਜਾ ਕੇ ਇੱਥੋਂ ਅਲ ਅਲੀ ਆ ਪੋਰਟ ਆ ਜਾਣਾ ਮੈਂ ਦਿਖਾਊਂ ਤੁਹਾਨੂੰ ਇਹਦੀ ਸ਼ੈਡੋ ਜੀ ਪੈ ਰਹੀ ਆ ਅਤੇ ਆਹ ਬ੍ਰਿਜ ਆ ਗਿਆ ਬ੍ਰਿਜ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਮਾਹੌਲ ਮਤਲਬ ਇੱਥੋਂ ਘੱਟ ਹੀ ਦਿਖਣਾ ਵਾ ਥੋੜ੍ਹਾ ਜਿਹਾ ਦਿਖੂਗਾ ਵੀ ਮੈਂ ਕਿੱਥੇ ਆਉਂਦਾ ਰਿਹਾ ਆਪਾਂ ਸਿੱਧਾ ਜਾਣਾ ਬਈ ਇੱਧਰ ਨਹੀਂ ਮੁੜਨਾ ਇੱਧਰ ਦੀ ਬਹੁਤ ਵਧੀਆ ਏਰੀਆ ਵਾ ਇਹ ਆ ਜਿੰਨੀ ਵੀ ਤੁਹਾਨੂੰ ਦਿਖਾਈ ਨਾ ਰੋਡ ਆਹ ਸਮੁੰਦਰ ਸੀ ਔਰ ਰਾਈਟ ਮਤਲਬ ਇਹ ਮੈਂ ਦੱਸ ਰਿਹਾ ਵੀ ਮੈਂ ਇੱਥੇ ਦੁਬਈ ਟੂ ਆਬੂ ਧਾਬੀ ਆਉਣਾ ਡੇਲੀ 150 ਕਿਲੋਮੀਟਰ ਚਲਾ ਕੇ ਅਤੇ ਇੱਥੋਂ ਬੋਟ ਬਹਿ ਕੇ ਫਿਰ ਆਪਣੀ ਸਾਈਡ 'ਤੇ ਜਾਂਦਾ ਹੁੰਦਾ ਸੀਗਾ ਇਹ ਉਹ ਏਰੀਆ ਹੁਣ ਅੱਗੇ ਅਸੀਂ ਜਾਣਾ ਆਫਿਸ ਦੇ ਵਿੱਚ ਆਪਣੇ ਹੈੱਡ ਆਫਿਸ ਇਹ ਆ ਗਏ ਜੀ ਆਬੂ ਧਾਬੀ ਜਿਹੜਾ ਹੈਗਾ ਸਾਹਮਣੇ ਸਮਝਦੇ ਗੱਲ ਨੂੰ ਕਿ ਨਹੀਂ ਇਹ ਪੈ ਗਿਆ ਸਾਲਕ ਵੀ ਐਂਟਰ ਹੋ ਗਿਆ ਸੀ ਸਾਲਕ ਮਰਵਾ ਲਿਆ ਮਤਲਬ ਜਿਹਨੂੰ ਟੋਲ ਕਹਿੰਦੇ ਆਪਾਂ ਪੰਜਾਬ ਦੇ ਵਿੱਚ ਅਤੇ ਇੱਕ ਵੀਡੀਓ ਸ਼ਾਟ ਨਾਲ ਲਾਤਾ ਆਬੂ ਧਾਬੀ ਦਾ ਅਤੇ ਹੁਣ ਟ੍ਰੈਫਿਕ ਮਿਲ ਜਾਣਾ ਇੱਥੇ ਐਂਟਰ ਹੁੰਦੇ ਜਦੋਂ ਅਸੀਂ ਪਹੁੰਚਦੇ ਹਾਂ ਮਤਲਬ ਆਫਿਸ ਦੇ ਅੰਦਰ ਤਾਂ ਵਲੋਗਿੰਗ ਨਹੀਂ ਕਰ ਸਕਦੇ ਬਾਹਰਲਾ ਮਾਹੌਲ ਦਿਖਾ ਦਾਂਗੇ ਠੀਕ ਹੈ ਜੀ ਕਿਉਂ ਸਲੀਮ ਗੁੱਡ ਹੋ ਗਿਆ ਲੋ ਵੀ ਮਿੱਤਰੋ ਆਪਾਂ ਆਪਣੇ ਟਿਕਾਣੇ 'ਤੇ ਆ ਗਏ ਹਾਂ ਅਤੇ ਬਾਹਰ ਉਹ ਜਿਹੜੀ ਆਹ ਬਿਲਡਿੰਗ ਆਹ ਵਾਲੀ ਇਹਦੇ ਵਿੱਚ ਹੈਗਾ ਆਪਣਾ ਆਫਿਸ ਮੈਂ ਜਾ ਕੇ ਜੋ ਵੀ ਕਾਰਵਾਈ ਹੈਗੀ ਆ ਜੋ ਵੀ ਫੋਰਮੈਲਿਟੀਜ਼ ਉਹ ਪੂਰੀ ਕਰਿਆ ਵਾ ਫਿਰ ਤੁਹਾਨੂੰ ਆ ਕੇ ਮਿਲਦਾ ਇਹ ਬੰਦਾ ਬਾਹਰ ਖੜਾ ਹੋਊ ਹੈ ਨਾ ਪਾਰਕਿੰਗ 'ਚ ਗੱਡੀ ਲਾ ਕੇ ਇਹਨਾਂ ਗੱਲਾਂ ਬਾਤਾਂ ਕਰ ਲਓ ਜਾਂਦੇ ਮੈਂ ਆਇਆ ਬਸ 2 ਮਿੰਟ 'ਚ ਕੰਮ ਆਪਣਾ ਖਤਮ ਹੋ ਗਿਆ ਲੈਪਟੋਪ ਵਗੈਰਾ ਸੀ ਆਪਾਂ ਡਿਪੋਜ਼ਿਟ ਕਰਤਾ ਅਤੇ ਹੁਣ ਆਪਾਂ ਚੱਲਾਂਗੇ ਕੁਛ ਬ੍ਰੇਕਫਾਸਟ ਲਈ ਪਲੱਸ ਲੰਚ ਲਈ
ਤੇ ਘਰ ਨੂੰ ਠੀਕ ਹੈ ਤੁਹਾਡੇ ਠੀਕ ਹੈ ਭੁੱਖ ਬਹੁਤ ਲੱਗੀ ਹਾਂ ਯਾਰ ਭੁੱਖ ਬਹੁਤ ਲੱਗੀ ਥੈਂਕ ਯੂ ਸੋ ਮੱਚ ਗਾਇਸ ਮਿਲਦੇ ਫਿਰ ਨੈਕਸਟ ਪਾਰਟ ਆਊਟਲੈਟ ਆ ਕੁਛ ਲੈ ਦੇ ਮੈਨੂੰ ਜਾਂ ਬਾਹਰ ਜਾ ਕੇ ਤੈਨੂੰ ਬਰਗਰ ਲੈ ਕੇ ਦੂੰ ਆਊਟਲੈਟ ਚ ਹੁਣ ਤਾਂ ਲੈ ਆਪਾਂ ਕੇ ਐਫ ਕੋਈ ਆਪਣਾ ਜਿਹਾ ਹਾਰਡੀਜ਼ ਬਰਗਰ ਆ ਸਵੇਰੇ ਸਵੇਰੇ 10 ਵਜੇ ਕੀ ਖਾਈਏ ਰੈਸਟੋਰੈਂਟ ਲੱਭਿਆ ਨਹੀਂ ਹੈਗਾ ਹਾਂ ਅਸਲੀ ਮੈਂ ਟੋਰ ਆਹੀ ਚੀਜ਼ਾਂ ਮੂਹਰੇ ਨੇ ਭੁੱਖ ਲੱਗੀ ਆ ਹੋਰ ਕੁਛ ਮਿਲਿਆ ਨਹੀਂ ਟਾਈਮ ਹੈ ਨਹੀਂ ਗਾ ਇੱਥੇ ਹੀ ਲੈ ਲੈਂਦੇ ਠੀਕ ਆ ਚਲੋ ਵੀ ਆ ਜਾਂਦਾ पेट पूजा करके फिर आप रवाना होवांगे वापस दुबई साथ दिंदा हमारा हमारे सारे परिवार का ये पूरा खा जाता है वेस्ट थोड़ी करना है बाहर जाके गल करते हैं गड्डी जिते गाने गुने बजते हैं बोलना तो यह चाहना कि हम ब्रेकफास्ट लंच इकट्ठा कर लिया सी रज है ना रज के फुल जमा ही नैक टू नैक गेम चलती सी हम आप जाने गड्डी चलिए दुबई नू दो घंटे का राह वा इंजॉय करते चल घर जाके फिर सोना ठीक है ना तीज है मुंडा वह बंदा देखा वाला आज जी बंदे की मैं वीडियो बनाई ना शॉर्ट क्लिप ਇਹ ਹੈਗਾ ਇੱਥੋਂ ਦਾ ਪਾਰਕਿੰਗ ਦਾ ਛੋਤਾ ਇੰਸਪੈਕਟਰ ਅਤੇ ਜਿਹੜਾ ਵੀ ਬੰਦਾ ਪਾਰਕਿੰਗ ਨਹੀਂ ਪਾ ਕੇ ਗਿਆ ਇਹਨੇ ਘੁੰਮੀ ਹੀ ਜਾਣਾ ਨੋਟ ਕਰੀਏ ਟਾਈਮ 10 ਮਿੰਟ ਦਊ ਜਾਂ ਹੱਦ 5 ਜਾਂ 10 ਮਿੰਟ ਜੇ ਤੁਸੀਂ ਪਾਰਕਿੰਗ ਨਹੀਂ ਪਾਈ ਤੁਹਾਡਾ ਨੰਬਰ ਇਹਨੇ ਸਿਸਟਮ 'ਚ ਫਾਈਨ ਚਾੜ ਕੇ ਆਰਾਮ ਨਾਲ ਲਾਂਭੇ ਹੋਣਾ ਇਸ ਕਰਕੇ ਜਾਂਦੇ ਹੋ ਅਸੀਂ ਤਾਂ ਸਲਿੱਪ ਪਾ ਗਏ ਸੀਗੇ ਮੜ ਜਾਂਦਾ ਕਾਫੀ ਇਹਨਾਂ ਨੂੰ ਗੱਡੀ ਮੂਹਰੀ ਖੜਾ ਸੀ ਸਾਡੀ ਗੱਡੀ ਮੂਹਰੀ ਖੜਾ ਸੀ ਤਾਂ ਲੋ ਵੀ ਮਿੱਤਰੋ ਸਾਰੇ ਕੰਮ ਧੰਦੇ ਨਿਬੇੜ ਕੇ ਅਸੀਂ ਆ ਗਏ ਹਾਂ ਦੁਬਈ ਆਪਦੇ ਟਾਊਨ ਹਾਊਸ ਹਾਊਸ ਟਾਊਨ ਕਹਿੰਦੇ ਟਾਊਨ ਹਾਊਸ ਕਹਿੰਦੇ ਹੁੰਦੇ ਘਰੇ ਆ ਗਏ ਮਤਲਬ ਘਰੇ ਆ ਗਏ ਅਸੀਂ ਟੋਟਲ ਬਣਾ ਕੇ ਅਤੇ ਗੱਲ ਹੈਗੀ ਹੋ ਸਾਡੀ ਗੱਡੀ ਦਾ ਏ ਸੀ ਓ ਹੋ ਹੋ ਇੱਕ ਤਾਂ ਲੋਹੜੇ ਦੀ ਗਰਮੀ ਹੈ ਫਿਰ ਸਾਡੀ ਗੱਡੀ ਦਾ ਏ ਸੀ ਅੱਜ ਕੂਲਿੰਗ ਘੱਟ ਕਰ ਰਿਹਾ ਮੈਨੂੰ ਲੱਗਦਾ ਇਹਦੀ ਹੋ ਗਈ ਗੈਸ ਖਤਮ ਕਿਉਂ ਲੱਗਦਾ ਮੈਨੂੰ ਇਹ ਮੰਗਦਾ ਯਾਰ ਸਰਵਿਸ ਕੀ ਮੰਗਦਾ ਆ ਇਹ ਸਰਵਿਸ ਮੰਗਦਾ ਸਰਵਿਸ ਇਹ ਮੰਗਦਾ ਆ ਠੀਕ ਆ ਇਹ ਮੰਗਦਾ ਆ ਸਰਵਿਸ ਹੁਣ ਪੂਰਾ 1.5-2 ਘੰਟੇ ਦਾ ਸਫ਼ਰ ਅਸੀਂ ਮਤਲਬ ਔਖਾ ਹੀ ਕੱਢਿਆ ਟੈਂਪਰੇਚਰ ਹਾਈ ਫਾਈ ਕਰਕੇ ਹੈ ਕਿ ਨਹੀਂ ਹੁਣ ਆਪਾਂ ਜਾਣਾ ਘਰੇ ਘਰੇ ਜਾ ਕੇ ਸਕੂਨ ਨਾਲ ਬੈਠਾਂਗੇ 2 ਘੜੀ ਏ ਸੀ ਥੱਲੇ ਅਤੇ ਉਸ ਤੋਂ ਬਾਅਦ ਫਿਰ ਆਪ ਨੂੰ ਪਿਕਅਪ ਕਰਨਾ ਵਾ ਸਾਡੇ ਇਹੀ 1-2 ਕੰਮ ਨੇ ਸਾਡੀ ਦਿਹਾੜੀ ਬੰਨੇ ਠੀਕ ਹੋ ਗਿਆ ਅਸਲੀ ਉਹ ਚੱਲੀਏ ਫਿਰ ਚੱਲ ਟਾਈਮ ਵੱਜ ਗਏ 2 ਵੱਜਣ ਵਾਲੇ ਆ ਜੀ ਵੈਲਕਮ ਬੈਕ ਤੁਹਾਡਾ ਅਸੀਂ ਆਬੂ ਧਾਬੀ ਤੋਂ ਆ ਕੇ ਹੈ ਨਾ ਘਰ ਥੋੜ੍ਹਾ ਬਹੁਤ ਰੈਸਟ ਕਰ ਲਈ ਸੀ ਹੁਣ ਆਹ ਨਿੱਕਾ ਜਾ ਕੇ
ਜਾਕੀ ਕਿੱਥੇ ਆ? ਇੱਧਰ ਆ ਮਿੱਦਾ। ਅੱਛਾ ਹੁਣ ਇਹ ਜਮੂਰਾ ਨਾਲ ਸਾਡੇ ਜਾਕੀ, ਔਰ ਅਸੀਂ ਚੱਲੇ ਹੁਣ ਆਪੂ ਨੂੰ ਵਾਪਸ ਲੈਣ ਸਕੂਲ ਤੋਂ। ਕੀ ਹੋ ਗਿਆ? ਤੇ ਹੁਣ ਚੱਲੇ ਅਸੀਂ ਆਪੂ ਲੈਣ ਵਾਪਸ, ਉਹਨੂੰ ਪਿੱਕ ਕਰਾਂਗੇ, ਵਾਪਸ ਘਰ ਆਵਾਂਗੇ, ਫਿਰ ਦੇਖਦੇ ਹਾਂ ਸ਼ਾਮ ਨੂੰ ਕੀ ਬਣਦਾ। ਆਹੀ ਰੂਟੀਨ ਸਾਡੀ ਲਾਈਫ ਦੀ, ਜ਼ਿਆਦਾ ਮਤਲਬ ਉਹ ਨਹੀਂ ਕਿ ਅਸੀਂ ਫੰਕਸ਼ਨ ਕਰਦੇ ਹਾਂ, ਇੰਨਾ ਕੀ ਆਉਣਾ ਜਾਣਾ ਕਰਨਾ ਬਸ। ਕਿਉਂ ਸਲੀਮੇ? ਚੱਲ ਹੋਰ ਸੁਣਾ ਤੂੰ ਕਿੱਦਾਂ ਫਿਰ ਸਲੀਮ? ਵਧੀਆ। ਆਪ ਫੋਰ ਓਵਰ ਬਲੋ ਆਪ ਲੁੱਕ ਐਟ ਹੀਅਰ। ਆਪ ਕੀ ਹੋਇਆ ਸੀ? ਡਿੱਗ ਪੈਣਾ ਸੀ ਨਾ, ਇੱਧਰ ਕਾਰ ਆ ਗਈ ਵੱਡੀ। ਕੀ ਹੋ ਗਿਆ ਸੈਫੂ? ਹਾਂ ਕਿਉਂ, ਨਵੀਂ ਗੱਡੀ ਆਪਣੀ ਹੈ? ਚਲੋ 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 ਫਟ ਸਲੀਮ, ਚਲ ਵੀ ਜਾ ਕੇ ਚੱਲ। ਗਰਮੀ ਹੈ, ਗਰਮੀ 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 ਹੈ, ਸਾਲੇ ਪੰਗੇ ਲੈਂਦੇ। ਜਲਦੀ ਜਲਦੀ ਕਿੰਨੀ ਗਰਮੀ ਆ ਫੂ? ਬਹੁਤ ਜ਼ਿਆਦਾ ਗਰਮੀ ਹੈ, ਥੋੜ੍ਹਾ ਤੁਰ ਕੇ ਆਈਦਾ, ਧੂੰਆਂ ਨਿਕਲ ਜਾਂਦਾ, ਅਸੀਂ ਫਿਰ ਥੱਕੇ ਨੇ ਪੂਰੇ ਦਿਨ ਲਈ, ਅਸੀਂ ਫਿਰ ਜਾ ਕੇ ਸੌ ਜਾਣਾ ਹੈ ਸਲੀਮੇ। ਚਲੋ ਬਈ, ਇੱਥੇ ਖਤਰੋਂ ਕੇ ਖਿਲਾੜੀ ਮਤਲਬ ਜਿਹੜੇ ਹੁੰਦੇ ਆ ਉਹ, ਖਤਰੋਂ ਕੇ ਡਰਾਈਵਰ ਵੀ ਇੱਥੇ ਘੁੰਮਦੇ ਨੇ, ਉਹ ਹੈਗੀਆਂ ਸਾਰੀਆਂ ਲੇਡੀਜ਼, ਲੇਡੀਜ਼ ਡਰਾਈਵਿੰਗ ਕਰਦੀਆਂ ਨੇ। ਉਹ ਉਹਨਾਂ ਦੇ ਪਿੱਛੇ ਟੋਨ ਲੱਗੀ ਹੋਣੀ ਚਾਹੀਦੀ ਉੱਚੀ ਉੱਚੀ, ਖਤਰੋਂ ਕੇ ਖਿਲਾੜੀ। ਕਿਉਂ ਸਲੀਮ? ਫਰੀ ਟੂ ਮਾਈਂਡ, ਕਿੱਧਰ ਨੂੰ ਵੀ ਟਰਨ ਕਰ ਲੈਣਾ। ਚੱਲ ਫਿਰ ਓਕੇ ਓਕੇ ਬਈ, ਬਾਬਾਸ ਠੀਕ ਆ। ਓਕੇ ਜੀ ਜਨਾਬ, ਤੁਹਾਡਾ ਤੇ ਆਪਾਂ ਅੱਜ ਹੁਣ ਵੱਜ ਗਿਆ 2:30, 2:19 ਹੋ ਗਿਆ, ਘਰ ਪਹੁੰਚਦੇ ਹਾਂ। ਅੱਜ ਦੀ ਰੂਟੀਨ ਤੁਸੀਂ ਸਾਡੇ ਨਾਲ ਟਾਈਮ ਸਪੈਂਡ ਕੀਤਾ, ਹਾਲੇ ਸ਼ਾਮ ਨੂੰ ਦੇਖਦੇ ਹਾਂ ਆਪਾਂ, ਵੈਸੇ ਕੋਈ ਪਲਾਨ ਨਹੀਂ, ਕੁਛ ਨਹੀਂ, ਘਰੋਂ ਬਾਹਰ ਨਹੀਂ ਜਾਣਾ, ਗਰਮੀ ਬਹੁਤ ਆ, ਠੀਕ ਹੈ? ਅਤੇ ਅਗਰ ਕੁਛ ਐਸਾ ਵੈਸਾ ਹੁੰਦਾ ਤਾਂ ਬੇਸ਼ੱਕ ਦੀ ਆਪਾਂ ਵਲੌਗ ਸਟਾਰਟ ਕਰਾਂਗੇ। ਓਕੇ ਜੀ, ਬਾਬਾਸ।